ਬੇਸ਼ੱਕ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪਰਾਲੀ ਸਾੜਨ ਵਾਲੇ ਕਿਸੇ ਵੀ ਕਿਸਾਨ ਵਿਰੁੱਧ ਪਰਚਾ ਦਰਜ ਨਹੀਂ ਕੀਤਾ ਜਾਵੇਗਾ, ਪਰ ਇਸ ਭਰੋਸੇ ਦੀ ਹਵਾ ਅੱਜ ਉਸ ਸਮੇਂ ਨਿਕਲ ਗਈ ਜਦੋਂ ਮੂਰਖ ਥਾਣੇ 'ਚ ਪੁਲਿਸ ਵੱਲੋਂ 5 ਏਕੜ ਪਰਾਲੀ ਨੂੰ ਅੱਗ ਲਗਾਉਣ ਵਾਲੇ 5 ਕਿਸਾਨਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਕਿਸਾਨਾਂ ਨੇ ਅੱਜ ਐਲਾਨ ਕੀਤਾ ਕਿ ਭਲਕੇ ਇਸ ਵਿਰੁੱਧ ਮੂਰਖ ਥਾਣੇ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਪਰਚੇ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਪੁਲਿਸ ਮੁਤਾਬਕ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਤੋਂ ਰੋਕਣ ਕਾਰਨ ਇਹ ਕੇਸ ਦਰਜ ਕੀਤਾ ਗਿਆ, ਨਾ ਕਿ ਪਰਾਲੀ ਸਾੜਨ ਕਾਰਨ। ਇਹ ਧਰਨਾ ਇਸ ਕਰਕੇ ਦੇਣਾ ਕਿਉਂਕਿ ਬਖੋਰੇ ਕਲਾਂ ਦੇ 7 ਕਿਸਾਨਾਂ ਦੇ ਉੱਪਰ ਪਰਚਾ ਇੱਕ ਪਟਵਾਰੀ ਦੇ ਕਹਿਣ 'ਤੇ ਪਾਇਆ ਗਿਆ। ਉਹਨਾਂ ਨੇ 5 ਏਕੜ ਜ਼ਮੀਨ ਹੈ ਜਿਹੜੀ ਉਹ ਪਰਾਲੀ ਨੂੰ ਅੱਗ ਲਾਈ ਹੈ। ਜਿਹੜਾ ਟ੍ਰਿਬਿਊਨਲ ਵੱਲੋਂ ਇਹਨਾਂ ਨੇ ਕਿਹਾ ਗਿਆ ਵੀ ਪਰਾਲੀ ਨੂੰ ਅੱਗ ਹੈ ਜਿਹੜੀ ਉਹ ਨਾ ਲਾਈ ਜਾਵੇ, ਉਹਨਾਂ ਨੇ ਸ਼ਰਤ ਰੱਖੀ ਹੈ ਨਾਲ ਵੀ ਪੰਜਾਬ ਸਰਕਾਰ ਹੈ ਜਿਹੜੀ ਪਰਾਲੀ ਨੂੰ ਸਾੜ 'ਤੇ ਹੈ ਜਿਹੜਾ ਉਹਨਾਂ ਨੂੰ ਮੁਆਵਜ਼ਾ ਦੇਵੇ। ਪਰ ਮੁਆਵਜ਼ਾ ਕੀ ਦੇਣਾ ਤੀ ਕਿਸਾਨਾਂ 'ਤੇ? ਇੱਕ ਪਾਸੇ ਪੰਜਾਬ ਸਰਕਾਰ ਮੁੱਖ ਮੰਤਰੀ ਬਿਆਨ ਦੇ ਰਿਹਾ ਵੀ ਅਸੀਂ ਕੋਈ ਪਰਚੇ ਨਹੀਂ ਕਰਾਂਗੇ, ਪਰ ਦੂਜੇ ਪਾਸੇ ਥਾਣਾ ਮੂਣਕ ਦੇ ਵਿੱਚ ਪਿੰਡ ਬਖੋਰਾ ਕਲਾਂ ਦੇ ਵਿੱਚ ਇੱਕ ਪਟਵਾਰੀ ਦੇ ਕਹਿਣ 'ਤੇ 7 ਬੰਦਿਆਂ ਦੇ ਪਰਚੇ ਦਰਜ ਕੀਤੇ ਨੇ। ਕੱਲ੍ਹ ਨੂੰ ਅਸੀਂ ਮੂਣਕ ਥਾਣੇ ਅੱਗੇ ਧਰਨਾ ਦੇ ਰਹੇ ਹਾਂ। ਇਹ ਧਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਪਰਚੇ ਖਤਮ ਨਹੀਂ ਹੋ ਜਾਂਦੇ। ਅਸੀਂ ਸਰਕਾਰ ਦਾ ਇਹ ਭੁਲੇਖਾ ਚੱਕ ਦੇਣਾ ਚਾਹੁੰਦੇ ਹਾਂ। ਜਿਹੜੇ ਇਹ 'ਚ ਕਹਿੰਦੇ ਹੈ ਕਿ ਡਾਂਗ ਦੇ ਜ਼ੋਰ ਅਸੀਂ ਕਿਸਾਨੀ ਦੀ ਜਿਹੜੀ ਰਹਿੰਦ ਖੂੰਹਦ ਹੈ ਜਾਂ ਕਣਕ ਬੀਜਣ ਲਈ ਮਜਬੂਰ ਕਰਨਾ ਹੈ, ਇਹ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਚਾਹੇ ਪਰਚੇ ਪਾਉਣ, ਚਾਹੇ ਜ਼ਿਲ੍ਹਾ ਭੇਜਣ, ਜੋ ਇਹਨਾਂ ਨੂੰ ਠੀਕ ਲੱਗਦਾ ਕਰ ਲੈਣ। ਪਰ ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਟ੍ਰਿਬਿਊਨਲ ਦਾ ਇਹ ਵਾਸਤਾ ਪਾਉਂਦੇ ਹੈ ਕਿ ਪੰਜਾਬ ਸਰਕਾਰ ਨਹੀਂ ਪਰਚੇ ਪਾਉਂਦੀ, ਗ੍ਰੀਨ ਟ੍ਰਿਬਿਊਨਲ ਪਰਚੇ ਪਾਉਂਦਾ, ਗ੍ਰੀਨ ਟ੍ਰਿਬਿਊਨਲ ਇਹ ਮੰਗ ਕਰਦਾ ਕਿ ਸਰਕਾਰਾਂ ਉਹ ਸਾਧਨ ਉਪਲਬਧ ਕਰਾਉਣ ਜਿਹੜੇ ਕਿਸਾਨ ਪਰਾਲੀ ਜ਼ਮੀਨ ਦੇ ਵਿੱਚ ਖਪਾ ਸਕਣ, ਜਾਂ 200 ਰੁਪਏ ਕੁਇੰਟਲ ਸਾਡੀ ਜਥੇਬੰਦੀ ਦੀ ਮੰਗ ਹੈ ਕਿ ਸਾਰੇ ਕਿਸਾਨਾਂ ਨੂੰ ਦਿੱਤੀ ਜਾਵੇ। ਇਹ ਉਸ ਡੈਮੇਜ ਦੀ ਅਸੈਸਮੈਂਟ ਕਰਨ ਲਈ ਪਿੰਡ ਬਖੋਰਾ ਕਲਾਂ ਗਏ ਸੀਗੇ ਅਤੇ ਉੱਥੇ ਜਦੋਂ ਰਸਤੇ ਵਿੱਚ ਜਾ ਰਹੇ ਸੀਗੇ ਤਾਂ ਕੁਛ ਲੋਕਾਂ ਨੇ ਅਤੇ ਇਹਨਾਂ ਨੂੰ ਰਸਤੇ ਵਿੱਚ ਰੋਕਿਆ ਸੀਗਾ ਅਤੇ ਵਿਰੋਧ ਕੀਤਾ ਸੀਗਾ ਵੀ ਇਹ ਆਪਣੀ ਸਰਕਾਰੀ ਡਿਊਟੀ ਨਾ ਕਰਨ। ਅਤੇ ਉਸ ਤੋਂ ਉਪਰੰਤ ਇਹਨਾਂ ਨੇ ਇੱਕ ਲਿਖਤੀ ਕੰਪਲੇਂਟ SDM ਸਾਹਿਬ ਵੱਲੋਂ ਵੀ ਸਾਡੇ ਕੋਲ ਆਈ ਸੀਗੀ ਅਤੇ ਉਸ ਦੇ ਬਿਹਾਫ 'ਤੇ ਅਸੀਂ ਅੱਗੇ ਪਟਵਾਰੀ ਜਿਹੜਾ ਹਲਕਾ ਹੈਗਾ ਬਲਵੀਰ ਸਿੰਘ ਉਹਨਾਂ ਦੇ ਬਿਆਨਾਂ 'ਤੇ ਅੱਗੇ ਕਾਰਵਾਈ ਕੀਤੀ ਹੈ।